ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਈਰੂਡਾਈਟ ਨਿਊਟ੍ਰੀਸ਼ਨ ਤੋਂ। ਤੇ ਅੱਜ ਆਪਾਂ ਗੱਲ ਕਰਾਂਗੇ ਸਬਜ਼ੀਆਂ ਬਾਰੇ। ਡਾਇਬਟਿਕ ਲੋਕਾਂ ਵਾਸਤੇ ਸਬਜ਼ੀਆਂ ਜਿਹੜੀਆਂ ਹੈ ਉਹ ਬਹੁਤ ਇੰਪੋਰਟੈਂਟ ਨੇ। ਸਭ ਤੋਂ ਜ਼ਿਆਦਾ ਅਗਰ ਤੁਹਾਡੀ ਡਾਇਟ 'ਚ ਡੇਲੀ ਲੈਵਲ 'ਤੇ ਕੋਈ ਚੀਜ਼ ਹੋਣੀ ਚਾਹੀਦੀ ਹੈ ਤੇ ਉਹ ਹੋਣੀ ਚਾਹੀਦੀਆਂ ਨੇ ਸਬਜ਼ੀਆਂ, ਠੀਕ ਹੈ। ਹੁਣ ਇਸ ਤੋਂ ਪਹਿਲਾਂ ਕਿ ਆਪਾਂ ਇਸ ਵੀਡੀਓ ਨੂੰ ਅੱਗੇ ਲੈ ਕੇ ਚੱਲੀਏ, ਤੁਹਾਡਾ ਤੇ ਮੇਰਾ ਜਿਹੜਾ ਲੈਵਲ ਆ ਉਹ ਇੱਕ ਗੱਲ ਤੇ ਸੇਮ ਹੋਣਾ ਚਾਹੀਦਾ। ਸਾਡੀ ਸੋਚ ਜਿਹੜੀ ਆ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਸੇਮ ਹੋਣੀ ਚਾਹੀਦੀ ਆ। ਜਦੋਂ ਮੈਂ ਗੱਲ ਕਰਦਾ ਨਾ ਸਬਜ਼ੀਆਂ ਦੀ, ਤੇ ਮੈਂ ਆਲੂ ਨੂੰ ਸਬਜ਼ੀ ਨਹੀਂ ਗਿਣਦਾ, ਠੀਕ ਹੈ ਜੀ। ਸਾਡੀ ਨਿਊਟ੍ਰੀਸ਼ਨ ਦੀ ਭਾਸ਼ਾ ਦੇ ਵਿੱਚ ਵੀ, ਨਿਊਟ੍ਰੀਸ਼ਨ ਦੀ ਲਾਈਨ 'ਚ ਵੀ, ਅਸੀਂ ਆਲੂ ਨੂੰ ਹਮੇਸ਼ਾ ਸੀਰੀਅਲ ਅਨਾਜ ਦੇ ਨਾਲ ਹੀ ਕੰਪੇਅਰ ਕਰਕੇ ਰੱਖੀਦਾ ਆ। ਬਿਕੋਜ਼ ਉਹਦੇ ਵਿੱਚ ਬਹੁਤ ਸਾਰਾ ਸਟਾਰਚ ਹੈ, ਉਹ ਸਟਾਰਚ ਜਿਹੜਾ ਹੈ ਬਹੁਤ ਜਲਦੀ ਹੀ ਸ਼ੂਗਰ 'ਚ ਕਨਵਰਟ ਹੋ ਜਾਂਦਾ ਤੇ ਸਾਡੀ ਬਲੱਡ ਸ਼ੂਗਰ ਲੈਵਲ ਨੂੰ ਹਾਈ ਕਰ ਦਿੰਦਾ ਆ। ਸੋ ਆਲੂ ਨਹੀਂ ਖਾਣੇ, ਆਲੂ ਖਾਣੇ ਅਸੀਂ ਬੰਦ ਕਰਨੇ ਨੇ, ਠੀਕ ਹੈ ਜੀ। ਸੋ ਅਗਰ ਆਲੂ ਨਹੀਂ ਵੀ ਖਾਵਾਂਗੇ, ਸਾਡੇ ਕੋਲ ਬਹੁਤ ਸਾਰੀਆਂ ਸਬਜ਼ੀਆਂ ਨੇ ਖਾਣ ਵਾਸਤੇ। ਸੋ ਆਪਾਂ ਈਜ਼ੀਲੀ ਸਾਰੀਆਂ ਸਬਜ਼ੀਆਂ 'ਚ ਚੋਇਸ ਕਰ ਸਕਦੇ ਹਾਂ, ਲੇਕਿਨ ਬਚਾਂਗੇ ਕਿਹਨਾਂ ਤੋਂ? ਆਲੂ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਅਰਬੀ ਤੇ ਜਿਮੀਕੰਦ, ਇਹਨਾਂ ਤਿੰਨ ਚੀਜ਼ਾਂ ਤੋਂ ਆਪਾਂ ਬਚਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਤਿੰਨੋਂ ਜਿਹੜੀਆਂ ਬਹੁਤ ਸਟਾਰਚੀ ਵੈਜੀਟੇਬਲਸ। ਸੋ ਆਓ ਹੁਣ ਡਿਸਕਸ ਕਰੀਏ ਵੀ ਸਬਜ਼ੀਆਂ ਦੇ ਵਿੱਚ ਸਾਨੂੰ ਕਿਹੜੀਆਂ ਕਿਹੜੀਆਂ ਸਬਜ਼ੀਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਦੇਖੋ, ਅਗਰ ਤੁਹਾਨੂੰ ਡਾਇਬਟੀਜ਼ ਹੈ, ਸਭ ਤੋਂ ਨੰਬਰ 1 ਸਬਜ਼ੀ ਅਗਰ ਮੈਂ ਤੁਹਾਨੂੰ ਰੈਕਮੈਂਡ ਕੋਈ ਕਰਾਂ ਤੇ ਉਹ ਹੈਗੀ ਹੈ ਜੀ ਕਰੇਲਾ। ਰੋਜ਼ ਕਰੇਲੇ ਦੀ ਸਬਜ਼ੀ ਥੋੜ੍ਹੀ ਮਾਤਰਾ ਦੇ ਵਿੱਚ ਜ਼ਰੂਰ ਖਾਓ। ਕਰੇਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਟਾਮਿਨ ਨੇ ਤੇ ਬਹੁਤ ਸਾਰੇ ਉਹ ਪੋਟਾਸ਼ੀਅਮ ਨਾਲ ਭਰਿਆ ਹੋਇਆ ਆ, ਐਂਡ ਉਹ ਪੋਟਾਸ਼ੀਅਮ ਜਿਹੜਾ ਹੈ ਉਹ ਸਾਡੇ ਬਲੱਡ ਸ਼ੂਗਰ ਲੈਵਲਸ ਨੂੰ ਵੀ ਠੀਕ ਰੱਖਦਾ ਆ, ਪਲੱਸ ਸਾਡੀ ਇਨਸੁਲਿਨ ਸੈਂਸਿਟੀਵਿਟੀ ਨੂੰ ਵੀ ਬੈਟਰ ਕਰਦਾ। ਇਨਸੁਲਿਨ ਸੈਂਸਿਟੀਵਿਟੀ ਕੀ ਹੁੰਦੀ ਹੈ ਕਿ ਸਾਡੇ ਸਰੀਰ 'ਚ ਇਨਸੁਲਿਨ ਤਾਂ ਹੈ ਪਰ ਸਾਡੇ ਸੈੱਲ ਹੁਣ ਉਸ ਇਨਸੁਲਿਨ ਨੂੰ ਰਿਐਕਟ ਨਹੀਂ ਕਰਦੇ ਪਏ, ਠੀਕ ਹੈ। ਉਹ ਹੁੰਦੀ ਇਨਸੁਲਿਨ ਸੈਂਸਿਟੀਵਿਟੀ। ਇਨਸੁਲਿਨ ਸੈਂਸਿਟੀਵਿਟੀ ਨੂੰ ਇੰਪਰੂਵ ਕਰਨ ਦਾ ਮਤਲਬ ਹੈ ਕਿ ਸਾਡੀ ਜੋ ਬਾਡੀ ਥੋੜਾ ਬਹੁਤ ਇਨਸੁਲਿਨ ਬਣਾ ਵੀ ਰਹੀ ਹੈ ਨਾ, ਸਾਡੇ ਜਿਹੜੇ ਸੈੱਲ ਨੇ ਉਹਨੂੰ ਅਪਣਾ ਰਹੇ ਨੇ। ਯਾਨੀ ਕਿ ਜਿਹੜੀ ਵੀ ਤੁਸੀਂ ਮੈਡੀਸਨ ਦੀ ਡੋਜ਼ ਖਾ ਰਹੇ ਸੀ, ਘੱਟ ਮੈਡੀਸਨ ਦੀ ਡੋਜ਼ ਨਾਲ ਵੀ ਤੁਹਾਨੂੰ ਪੂਰਾ ਬੈਨੀਫਿਟ ਮਿਲਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਆਪਣੀ ਇਨਸੁਲਿਨ ਸੈਂਸਿਟੀਵਿਟੀ ਨੂੰ ਵਧੀਆ ਕਰ ਲਓਗੇ। ਸੋ ਕਰੇਲਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ। ਕਰੇਲੇ ਦੀ ਸਬਜ਼ੀ ਰੋਜ਼ ਬਣਾਓ, ਪਰ ਕਰੇਲੇ ਦੀ ਸਬਜ਼ੀ ਨੂੰ ਭਰ ਕੇ ਆਲੂਆਂ ਦੇ ਨਾਲ ਫਰਾਈ ਕਰਕੇ ਨਾ ਬਣਾਓ, ਠੀਕ ਹੈ। ਕਰੇਲੇ ਦੀ ਸਬਜ਼ੀ ਨੂੰ ਕੱਟ ਕੇ ਘੱਟ ਤੋਂ ਘੱਟ ਤੇਲ ਦੇ ਵਿੱਚ ਉਹਨੂੰ ਪਕਾਓ, ਠੀਕ ਹੈ, ਤੇ ਉਹ ਸਬਜ਼ੀ ਆਪਾਂ ਡੇਲੀ ਜ਼ਰੂਰ ਖਾਵਾਂਗੇ, ਠੀਕ ਹੈ। ਅਗਲੀ ਜਿਹੜੀ ਸਭ ਤੋਂ ਵਧੀਆ ਸਬਜ਼ੀ ਸਾਡੇ ਲਈ ਹੈਗੀ ਹੈ ਉਹ ਹੈਗੀ ਹੈ ਜੀ ਪਾਲਕ। ਪਾਲਕ ਬਹੁਤ ਅੱਛੀ ਹੈ ਸਾਡੀ ਸ਼ੂਗਰ ਵਾਸਤੇ ਵੀ, ਠੀਕ ਹੈ, ਐਂਡ ਸਾਗ, ਸਾਗ ਵੀ ਬਹੁਤ ਅੱਛਾ ਹੈ ਸਾਡੀ ਸ਼ੂਗਰ ਵਾਸਤੇ। ਉਸ ਤੋਂ ਬਾਅਦ ਆ ਜਾਂਦੀ ਹੈ ਜੀ ਗੋਭੀ। ਗੋਭੀ ਬਹੁਤ ਹਾਈ ਫਾਈਬਰ ਫੂਡ ਆ, ਬਹੁਤ ਹਾਈ ਫਾਈਬਰ ਵੈਜੀਟੇਬਲ ਆ, ਐਂਡ ਉਹਦੇ ਵਿੱਚ ਜਿਹੜਾ ਆ ਬਹੁਤ ਘੱਟ ਮਾਤਰਾ ਹੁੰਦੀ ਹੈ ਕਾਰਬੋਹਾਈਡਰੇਟਸ ਦੀ। ਸੋ ਉਹ ਵੀ ਸਾਡੇ ਸ਼ੂਗਰ ਨੂੰ ਜਿਹੜਾ ਆ ਉਹ ਸਟੇਬਲ ਰੱਖਦੀ ਹੈ। ਘੀਆ ਹੋ ਗਿਆ, ਕੱਦੂ, ਤੋਰੀਆਂ, ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਫਲੀਆਂ, ਇਹ ਸਾਰੀਆਂ ਸਬਜ਼ੀਆਂ ਤੁਸੀਂ ਖਾ ਸਕਦੇ ਹੋ। ਸਬਜ਼ੀਆਂ 'ਚ ਤੁਹਾਨੂੰ ਇਹਨਾਂ ਸਬਜ਼ੀਆਂ ਦੀ ਕੋਈ ਮਨਾਹੀ ਨਹੀਂ ਹੈ। ਹਾਂ, ਅਸੀਂ ਥੋੜ੍ਹਾ ਜਿਹਾ ਬਚਾਅ ਰੱਖਾਂਗੇ ਭਿੰਡੀ ਦਾ ਅਤੇ ਬੈਂਗਣ ਦਾ, ਠੀਕ ਹੈ। ਦੇਖੋ, ਅਰਬੀ, ਜਿਮੀਕੰਦ ਤੇ ਆਲੂ ਆਪਾਂ ਬਿਲਕੁਲ ਨਹੀਂ ਖਾਣੇ, ਲੇਕਿਨ ਭਿੰਡੀ, ਬੈਂਗਣ ਤੁਸੀਂ ਖਾ ਸਕਦੇ ਹੋ, ਲੇਕਿਨ ਘੱਟ ਮਾਤਰਾ ਵਿੱਚ ਖਾਣੇ ਆ। ਲਗਾਤਾਰ ਦੋ ਡੰਗ ਨਹੀਂ ਖਾਣੇ, ਠੀਕ ਹੈ। ਇਹ ਨਹੀਂ ਕਿ ਜੇ ਅਗਰ ਭਿੰਡੀ ਬੈਂਗਣ ਬਣਿਆ ਤਾਂ ਦੁਪਹਿਰੇ ਵੀ ਖਾ ਲਿਆ, ਰਾਤੀ ਵੀ ਖਾ ਲਿਆ, ਅਗਲੇ ਦਿਨ ਸਵੇਰੇ ਫਿਰ ਖਾ ਲਿਆ, ਇੱਦਾਂ ਬਿਲਕੁਲ ਨਹੀਂ ਕਰਨਾ। ਹਾਂ, ਦਿਨ 'ਚ ਇੱਕ ਵਾਰ ਤੁਸੀਂ ਥੋੜ੍ਹੀ ਜਿਹੀ ਮਾਤਰਾ 'ਚ ਲੈ ਸਕਦੇ ਆ, ਠੀਕ ਹੈ, ਪਰ ਕੋਸ਼ਿਸ਼ ਕਰਿਆ ਕਰੋ ਵੀ ਜੇ ਭਿੰਡੀ ਬੈਂਗਣ ਹੁੰਦਾ ਤਾਂ ਨਾਲ ਕੋਈ ਹੋਰ ਦਾਲ ਸਬਜ਼ੀ ਨਾਲ ਜ਼ਰੂਰ ਹੋਵੇ, ਤਾਂ ਕਿ ਆਪਾਂ ਪੂਰੀ ਤਰ੍ਹਾਂ ਨਾਲ ਉਹਦੇ 'ਤੇ ਡਿਪੈਂਡਡ ਨਾ ਰਹੀਏ, ਠੀਕ ਹੈ। ਅਗਲੀ ਜਿਹੜੀ ਸਬਜ਼ੀ ਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਨਾ, ਸ਼ੂਗਰ ਵਾਸਤੇ ਬਹੁਤ ਵਧੀਆ ਆ, ਠੀਕ ਹੈ, ਲੇਕਿਨ ਨਾ ਉਹ ਸਬਜ਼ੀ ਨੂੰ ਸੁਣਦਿਆਂ ਸਾਰ ਹੀ ਨਾ ਬਹੁਤ ਸਾਰੇ ਲੋਕਾਂ ਨੇ ਨਾ ਡਰ ਜਾਣਾ, ਘਬਰਾ ਜਾਣਾ। ਉਹ ਸਬਜ਼ੀ ਹੈ ਬੰਦ ਗੋਭੀ। ਹਾਂਜੀ, ਕੈਬੇਜ, ਬੰਦ ਗੋਭੀ, ਠੀਕ ਹੈ। ਹੁਣ ਤੁਹਾਡਾ ਡਰਨਾ ਜਾਇਜ਼ ਆ, ਕਿਉਂਕਿ ਇੰਟਰਨੈਟ ਦੇ ਉੱਤੇ ਬਹੁਤ ਸਾਰੀਆਂ ਗਲਤ ਫਹਿਮੀਆਂ, ਮਿਸ ਇਨਫੋਰਮੇਸ਼ਨ, ਫੇਕ ਨਿਊਜ਼ਾਂ ਫੈਲੀਆਂ ਹੋਈਆਂ ਕਿ ਬੰਦ ਗੋਭੀ 'ਚ ਕੀੜਾ ਹੁੰਦਾ ਆ, ਕੀੜਾ ਸਰੀਰ 'ਚ ਚਲ ਜਾਂਦਾ ਆ, ਉਹ ਪੇਟ ਤੋਂ ਦਿਮਾਗ 'ਚ ਚਲ ਜਾਂਦਾ ਆ, ਫਿਰ ਬੰਦਾ ਪਾਗਲ ਹੋ ਜਾਂਦਾ, ਫਿਰ ਬੰਦਾ ਮਰ ਜਾਂਦਾ, ਡਾਕਟਰ ਕਹਿੰਦੇ ਆ ਜੀ ਸਾਕੋ ਇਸ ਕੀੜੇ ਦਾ ਇਲਾਜ ਕੋਈ ਨਹੀਂ। ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ। ਅਗਰ ਤੁਸੀਂ ਨੈੱਟ 'ਤੇ ਇੱਦਾਂ ਦੀ ਕੋਈ ਫੇਕ ਵੀਡੀਓ ਦੇਖ ਕੇ ਗੁੰਮਰਾਹ ਹੋਏ ਹੋਏ ਹੋ ਤਾਂ ਤੁਹਾਨੂੰ ਡਰਨ ਦੀ ਕੋਈ ਗੱਲ ਨਹੀਂ, ਬੰਦ ਗੋਭੀ 'ਚ ਕੋਈ ਇੱਦਾਂ ਦਾ ਕੀੜਾ ਨਹੀਂ ਹੁੰਦਾ। ਅਗਰ ਤੁਸੀਂ ਬੰਦ ਗੋਭੀ ਦੇ ਵਿੱਚ ਕੋਈ ਕੀੜਾ ਦੇਖਿਆ ਵੀ ਹੈ ਤਾਂ ਮੈਂ ਤੁਹਾਨੂੰ ਇਹ ਪੁੱਛਦਾ ਵੀ ਕਿਹੜੀ ਸਬਜ਼ੀ ਨੂੰ ਕੀੜਾ ਨਹੀਂ ਲੱਗਦਾ, ਠੀਕ ਹੈ। ਕਈ ਵਾਰ ਅਸੀਂ ਬੈਂਗਣ ਲੈ ਕੇ ਆਉਂਦੇ ਉਹ 'ਚ ਕੀੜਾ ਹੁੰਦਾ, ਕਈ ਵਾਰ ਗੋਭੀ ਕੱਟਦੇ ਹਾਂ ਉਹਦੇ 'ਚੋਂ ਕੀੜਾ ਨਿਕਲਦਾ, ਕਈ ਵਾਰ ਭਿੰਡੀ ਜਾਂ ਫਲੀਆਂ ਕੱਟਦੇ ਹਾਂ ਉਹਦੇ 'ਚੋਂ ਕੀੜਾ। ਕੀੜਾ ਤਾਂ ਸਬਜ਼ੀਆਂ 'ਚ ਹੋਣਾ ਇੱਕ ਆਮ ਗੱਲ ਆ, ਠੀਕ ਹੈ। ਸੋ ਤੋਂ ਹੁਣ ਅਸੀਂ ਭਿੰਡੀ ਬੈਂਗਣ ਖਾਣਾ ਤਾਂ ਬੰਦ ਨਹੀਂ ਕੀਤਾ, ਫਲੀਆਂ ਖਾਣੀਆਂ ਤਾਂ ਬੰਦ ਨਹੀਂ ਕੀਤੀਆਂ, ਠੀਕ ਹੈ, ਗੋਭੀ ਖਾਣੀ ਤਾਂ ਬੰਦ ਨਹੀਂ ਕੀਤੀ। ਜਾਣ ਬੁੱਝ ਕੇ ਬੰਦ ਗੋਭੀ ਨੂੰ ਟਾਰਗੇਟ ਬਣਾਇਆ ਜਾ ਰਿਹਾ ਤੇ ਸਾਡੇ ਲੋਕ ਜਿਹੜੇ ਨੇ ਇੰਨੇ ਭੋਲੇ ਨੇ ਕਿ ਉਹ ਆ ਜਿਹੜੀਆਂ ਅਫਵਾਹਾਂ ਨੇ ਇਹਨਾਂ ਨੂੰ ਤਾਂ ਸੱਚ ਮੰਨ ਲੈਂਦੇ ਆ, ਲੇਕਿਨ ਜੇ ਕੋਈ ਮੇਰੇ ਵਰਗਾ ਬੰਦਾ ਆ ਕੇ ਤੁਹਾਨੂੰ ਰਿਕੁਐਸਟ ਕਰਦਾ ਆ ਕਿ ਬੰਦ ਗੋਭੀ ਤੁਹਾਡੀ ਸਿਹਤ ਲਈ ਵਧੀਆ ਆ, ਤੇ ਉਹ ਉਸੇ ਟਾਈਮ ਕਹਿ ਦੇਣਗੇ ਜੀ ਅਸੀਂ ਆਪਣੇ ਘਰ 'ਚ ਬੰਦ ਗੋਭੀ ਨਹੀਂ ਵਾੜਦੇ, ਠੀਕ ਹੈ।
ਪੰਜਾਬੀ ਜਿਹੜੇ ਨੇ 95% ਪੰਜਾਬੀ ਆਪਣੇ ਘਰਾਂ 'ਚ ਬੰਦ ਗੋਭੀ ਨਹੀਂ ਵਾੜਦੇ, ਲੇਕਿਨ ਹੋਟਲਾਂ 'ਚ, ਰੇਹੜੀਆਂ ਤੋਂ, ਰੈਸਟੋਰੈਂਟਾਂ 'ਚ, ਫਾਸਟ ਫੂਡ, ਵਿਆਹ ਸ਼ਾਦੀ ਦੇ ਪ੍ਰੋਗਰਾਮਾਂ 'ਤੇ ਜਾਂ ਰਿਸੈਪਸ਼ਨ ਪਾਰਟੀਆਂ 'ਤੇ ਸਭ ਤੋਂ ਜ਼ਿਆਦਾ ਬੰਦ ਗੋਭੀ ਪੰਜਾਬੀ ਖਾਂਦੇ ਨੇ। ਕਿਉਂ? ਕਿਉਂਕਿ ਹਰ ਕੇਟਰਿੰਗ ਦੇ ਵਿੱਚ, ਹਰ ਚਾਈਨੀਜ਼ ਖਾਣੇ 'ਚ, ਤਕਰੀਬਨ ਸਾਰੇ ਫਾਸਟ ਫੂਡ ਦੇ ਵਿੱਚ ਬੰਦ ਗੋਭੀ ਜ਼ਰੂਰ ਪਾਈ ਜਾਂਦੀ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਕੀ ਜਿਹੜੀ ਰੈਸਟੋਰੈਂਟਾਂ 'ਚ ਬੰਦ ਗੋਭੀ ਬਣਾ ਕੇ ਪਾਈ ਗਈ ਹੈ, ਜਦੋਂ ਤੁਸੀਂ ਜਾ ਕੇ ਪੈਲਸਾਂ ਦੇ ਵਿੱਚ ਰੋਟੀਆਂ ਖਾਂਦੇ ਜਾਂ ਸਬਜ਼ੀਆਂ ਖਾਂਦੇ ਬੰਦ ਗੋਭੀ ਵਾਲੀਆਂ, ਕਿ ਉੱਥੇ ਸਾਫ਼ ਸੁਥਰੇ ਤਰੀਕੇ ਨਾਲ ਬਣਾਈ ਜਾ ਸਕਦੀ ਹੈ ਕਿ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਆਪਣੇ ਘਰੇ ਬਣਾ ਸਕਦੇ ਹਾਂ? ਸੋ ਪੰਜਾਬੀ ਜਿਹੜੇ ਨੇ ਇਹ ਜਿਹੜੇ ਘਰ 'ਚ ਤਾਂ ਬੰਦ ਗੋਭੀ ਨਹੀਂ ਖਾਣਗੇ, ਬਾਹਰ ਉਨੀ ਬੰਦ ਗੋਭੀ ਜਾ ਕੇ ਜ਼ਿਆਦਾ ਖਾਣਗੇ। ਸੋ ਮੈਂ ਤੁਹਾਨੂੰ ਬਾਰ ਬਾਰ ਰਿਕੁਐਸਟ ਕਰ ਰਿਹਾ, ਕੋਈ ਕੀੜਾ ਨਹੀਂ ਹੈ। ਅਗਰ ਤੁਸੀਂ ਕੋਈ ਕੀੜੇ ਵਾਲੀ ਵੀਡੀਓ ਨੈੱਟ 'ਤੇ ਦੇਖੀ ਹੈ ਤਾਂ ਉਹ ਬਿਲਕੁਲ ਫੇਕ ਆ, ਬਿਲਕੁਲ ਨਕਲੀ ਆ, ਬਿਲਕੁਲ ਝੂਠੀ ਆ, ਇਹ ਅਫਵਾਹ ਆ। ਮੈਂ ਖੁਦ ਬੰਦ ਗੋਭੀ ਖਾਂਦਾ ਹਾਂ, ਮੇਰੀ ਫੈਮਿਲੀ ਬੰਦ ਗੋਭੀ ਖਾਂਦੀ ਹੈ, ਠੀਕ ਹੈ। ਐਂਡ ਮੈਂ ਤਾਂ ਤਕਰੀਬਨ ਰੋਜ਼ ਬੰਦ ਗੋਭੀ ਖਾਂਦਾ, ਕੋਈ ਦਿਨ ਹੁੰਦਾ ਆ ਹਫ਼ਤੇ ਦਾ ਜਦੋਂ ਮੈਂ ਬੰਦ ਗੋਭੀ ਨਾ ਖਾਵਾਂ, ਮੈਂ ਰੋਜ਼ ਬੰਦ ਗੋਭੀ ਖਾਂਦਾ, ਠੀਕ ਹੈ ਜੀ। ਬਹੁਤ ਅੱਛੀ ਚੀਜ਼ ਆ ਤੁਹਾਡੇ ਪੇਟ ਲਈ ਅਤੇ ਤੁਹਾਡੀ ਸ਼ੂਗਰ ਕੰਟਰੋਲ ਕਰਨ ਲਈ। ਸੋ ਬੰਦ ਗੋਭੀ ਪਲੀਜ਼ ਆਪਣੇ ਖਾਣੇ 'ਚ ਦੁਬਾਰਾ ਇੰਟਰੋਡਿਊਸ ਕਰੋ। ਅਗਰ ਕੁਝ ਸਾਲ ਤੁਸੀਂ ਨਹੀਂ ਲੈ ਕੇ ਆਏ, ਕੋਈ ਗੱਲ ਨਹੀਂ, ਦੁਬਾਰਾ ਬੰਦ ਗੋਭੀ ਖਾਣੀ ਸਟਾਰਟ ਕਰੋ, ਕਿਉਂਕਿ ਹੋਟਲਾਂ 'ਚ ਜਾ ਕੇ, ਰੈਸਟੋਰੈਂਟਾਂ 'ਚ ਅਤੇ ਵਿਆਹ ਸ਼ਾਦੀਆਂ 'ਚ ਤੁਸੀਂ ਖਾਂਦੇ ਰਹੇ ਹਾਂ, ਠੀਕ ਹੈ। ਸੋ ਤੋਂ ਘਬਰਾਓ ਨਾ, ਉਹਨੂੰ ਘਰੇ ਲਿਆਓ, ਸਾਫ਼ ਸੁਥਰੇ ਤਰੀਕੇ ਨਾਲ ਪ੍ਰਿਪੇਅਰ ਕਰੋ ਅਤੇ ਖੁਦ ਵੀ ਖਾਓ ਅਤੇ ਫੈਮਿਲੀ ਨੂੰ ਵੀ ਖਵਾਓ। ਡਾਇਬਿਟਿਕ ਪੇਸ਼ੈਂਟ ਨੂੰ ਕਰੇਲਾ, ਗੋਭੀ ਅਤੇ ਬੰਦ ਗੋਭੀ, ਘੀਆ, ਇਹ ਚਾਰ ਚੀਜ਼ਾਂ ਤਾਂ ਤਕਰੀਬਨ ਡੇਲੀ ਇਹਨਾਂ 'ਚੋਂ ਇੱਕ ਸਬਜ਼ੀ ਤਾਂ ਖਾਣੀ ਹੀ ਚਾਹੀਦੀ ਹੈ। ਤੁਹਾਡਾ ਇੱਕ ਟਾਈਮ ਦੀ ਖਾਣਾ ਜਿਹੜਾ ਹੋਵੇ ਉਹ ਇਹਨਾਂ ਚਾਰਾਂ ਸਬਜ਼ੀਆਂ ਦੇ ਨਾਲ ਹੀ ਹੋਵੇ, ਠੀਕ ਹੈ ਜੀ, ਕਿਉਂਕਿ ਡਾਇਬਟੀਜ਼ ਵਾਸਤੇ ਬਹੁਤ ਵਧੀਆ ਨੇ ਇਹ। ਅੱਗੇ ਡਾਇਬਟੀਜ਼ ਦੇ ਵਿੱਚ ਦੇਖੋ ਜੀ, ਦੋ ਐਸੀਆਂ ਸਬਜ਼ੀਆਂ ਅਸੀਂ ਧਿਆਨ ਦੇ ਕੇ ਖਾਵਾਂਗੇ, ਠੀਕ ਹੈ। ਵੈਸੇ ਖਾਣ 'ਚ ਕੋਈ ਖਤਰਾ ਨਹੀਂ ਹੈ, ਲੇਕਿਨ ਅਗਰ ਅਸੀਂ ਉਹਦਾ ਗਲਤ ਇਸਤੇਮਾਲ ਕੀਤਾ ਤਾਂ ਫਿਰ ਸਾਨੂੰ ਘਾਟਾ ਹੋ ਸਕਦਾ ਆ। ਉਹ ਹੈਗੀਆਂ ਹੈ ਜੀ, ਇੱਕ ਨੰਬਰ 'ਤੇ ਚਕੰਦਰ ਅਤੇ ਦੂਜੇ ਨੰਬਰ 'ਤੇ ਗਾਜਰਾਂ। ਹੁਣ ਦੇਖੋ, ਗਾਜਰਾਂ ਵਿਟਾਮਿਨ ਏ ਦੇ ਵਿੱਚ ਬਹੁਤ ਅੱਛੀਆਂ ਆ, ਸਾਡੀ ਸਕਿਨ ਵਾਸਤੇ, ਸਾਡੀ ਆਈਜ਼ ਵਾਸਤੇ, ਅੱਖਾਂ ਲਈ ਬਹੁਤ ਵਧੀਆ ਨੇ, ਠੀਕ ਹੈ। ਅਤੇ ਚਕੰਦਰ ਜਿਹੜੀ ਹੈ ਉਹ ਸਾਡੇ ਹਾਰਟ ਲਈ ਬਹੁਤ ਅੱਛੀ ਹੈ, ਠੀਕ ਹੈ, ਸਾਡੀ ਮਸਲ ਰਿਕਵਰੀ ਲਈ ਬਹੁਤ ਅੱਛੀ ਹੈ, ਠੀਕ। ਹੁਣ ਗੱਲ ਇਹ ਆ ਵੀ ਇਹਨਾਂ ਦੋਵਾਂ ਸਬਜ਼ੀਆਂ 'ਚ ਥੋੜ੍ਹੀ ਜਿਹੀ ਸ਼ੂਗਰ ਹੁੰਦੀ ਹੈ। ਕਿੰਨੀ? 100 ਗ੍ਰਾਮ ਸਬਜ਼ੀ ਪਿੱਛੇ 2 ਤੋਂ 2.5 ਗ੍ਰਾਮ ਸ਼ੂਗਰ। ਹੁਣ ਜੇ ਤੁਸੀਂ ਇਸ ਸਬਜ਼ੀ ਨੂੰ ਜੂਸ ਕੱਢ ਕੇ ਪੀਣਾ ਸ਼ੁਰੂ ਕਰ ਦੋਗੇ, ਸਬਜ਼ੀਆਂ ਦੇ ਜੂਸ ਦੇ ਵਿੱਚ ਇਹਦਾ ਜੂਸ ਪਾ ਕੇ ਪੀਣਾ ਸ਼ੁਰੂ ਕਰ ਦੋਗੇ, ਫਿਰ ਪਿੱਛੇ ਫਾਈਬਰ ਸਾਰਾ ਨਿਕਲ ਜਾਣਾ ਆ ਅਤੇ ਸਿਰਫ ਮਿੱਠਾ ਹੀ ਤੁਹਾਡੇ ਪੱਲੇ ਪੈਣਾ, ਜਿਹੜਾ ਕਿ ਸਾਡੀ ਸਿਹਤ ਲਈ ਨੁਕਸਾਨਦੇਹ ਹੈ, ਉਹ ਅਸੀਂ ਨਹੀਂ ਲੈਣਾ। ਸਬਜ਼ੀਆਂ ਦਾ ਜੂਸ ਜ਼ਰੂਰ ਪੀਓ, ਕਿਉਂਕਿ ਸਬਜ਼ੀਆਂ ਦਾ ਜੂਸ, ਹੁਣ ਦੇਖੋ ਡਾਇਬਟਿਕ ਪੇਸ਼ੈਂਟ ਫਰੂਟ ਦਾ ਜੂਸ ਤਾਂ ਬਿਲਕੁਲ ਨਹੀਂ ਪੀ ਸਕਦੇ, ਠੀਕ ਹੈ, ਆਪਾਂ ਅਗਲੀ ਵੀਡੀਓ 'ਚ ਇਹਦੇ ਬਾਰੇ ਵੀ ਡਿਸਕਸ ਕਰਨਾ, ਲੇਕਿਨ ਅਸੀਂ ਸਬਜ਼ੀਆਂ ਦਾ ਜੂਸ ਤਾਂ ਬਿਲਕੁਲ ਪੀ ਸਕਦੇ ਹਾਂ, ਕਿਉਂਕਿ ਸਬਜ਼ੀਆਂ ਦੇ ਜੂਸ 'ਚ ਬਿਲਕੁਲ ਵੀ ਸ਼ੂਗਰ ਨਹੀਂ ਹੈ। ਲੇਕਿਨ ਅਗਰ ਤੁਸੀਂ ਚਕੰਦਰ ਜਾਂ ਗਾਜਰ ਆਪਣੇ ਜੂਸ 'ਚ ਵਰਤਣ ਲੱਗੇ ਹੋ ਤਾਂ ਉਹਦੀ ਮਾਤਰਾ ਨੂੰ 20% ਤੋਂ ਘੱਟ ਹੀ ਰੱਖੋ। ਟੋਟਲ ਸਬਜ਼ੀ ਦਾ ਸਿਰਫ 20% ਹਿੱਸਾ ਹੀ ਚਕੰਦਰ ਗਾਜਰ, ਅੱਬਲ ਤਾਂ ਨਾ ਵੀ ਹੋਏਗੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਬਜ਼ੀਆਂ ਦੇ ਜੂਸ 'ਚ ਤੁਸੀਂ ਘੀਆ, ਗੋਭੀ, ਬੰਦ ਗੋਭੀ, ਇਹ ਸਾਰੀਆਂ ਚੀਜ਼ਾਂ ਤੁਸੀਂ ਵਰਤ ਸਕਦੇ ਹਾਂ, ਠੀਕ ਹੈ ਜੀ। ਸੋ ਸਬਜ਼ੀਆਂ ਦਾ ਜੂਸ ਜਿਹੜਾ ਹੈ ਉਹ ਸਾਡੇ ਲਈ ਬਹੁਤ ਅੱਛਾ ਹੈ, ਸਬਜ਼ੀਆਂ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਆ, ਠੀਕ ਹੈ। ਉਹਦੇ ਨਾਲ ਇੱਕ ਗਲਾਸ ਦੇ ਵਿੱਚ ਹੀ ਸਾਨੂੰ ਕਾਫੀ ਸਾਰੀ ਸਬਜ਼ੀ ਦਾ ਪੋਟਾਸ਼ੀਅਮ ਮਿਲ ਜਾਣਾ ਆ। ਪੋਟਾਸ਼ੀਅਮ, ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਸਾਡੀ ਸ਼ੂਗਰ ਨੂੰ ਕੰਟਰੋਲ ਕਰਨ ਲਈ, ਠੀਕ ਹੈ, ਤੇ ਸਾਡੀ ਇਨਸੂਲਿਨ ਸੈਂਸਿਟੀਵਿਟੀ ਨੂੰ ਇੰਪਰੂਵ ਕਰਨ ਲਈ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਸੋ ਆਲੂ, ਅਰਬੀ, ਜਿਮੀਕੰਦ ਬਿਲਕੁਲ ਨਹੀਂ ਖਾਣੇ, ਠੀਕ ਹੈ। ਭਿੰਡੀ ਤੇ ਬੈਂਗਣ ਸਾਵਧਾਨੀ ਨਾਲ ਘੱਟ ਮਾਤਰਾ 'ਚ ਲੈਣੇ ਆ। ਚਕੰਦਰ ਤੇ ਗਾਜਰ ਦੀ ਸਬਜ਼ੀ ਤੁਸੀਂ ਖਾ ਸਕਦੇ ਆ, ਸਲਾਦ ਦੇ ਰੂਪ 'ਚ ਖਾ ਸਕਦੇ ਆ, ਪਰ ਜੂਸ ਵਗੈਰਾ ਦੇ ਵਿੱਚ ਨਹੀਂ ਇਹਨਾਂ ਦੀ ਵਰਤੋਂ ਕਰਨੀ। ਬਾਕੀ ਸਾਰੀਆਂ ਸਬਜ਼ੀਆਂ ਖਾਓ, ਕਰੇਲਾ, ਘੀਆ ਤੇ ਬੰਦ ਗੋਭੀ ਤੇ ਫੁੱਲ ਗੋਭੀ, ਇਹ ਚੀਜ਼ਾਂ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਨੇ। ਜ਼ਰੂਰ ਖਾਓ, ਵੱਧ ਤੋਂ ਵੱਧ ਸਬਜ਼ੀ ਖਾਓ, ਬਲਕਿ ਮੈਂ ਤਾਂ ਕਹੂੰਗਾ ਵੀ ਡਾਇਬਟਿਕ ਪੇਸ਼ੈਂਟ ਨੂੰ ਇੱਕ ਦਿਨ 'ਚ ਘੱਟੋ ਘੱਟ ਵੀ 6 ਕੌਲੀਆਂ ਜਿਹੜੀਆਂ, 6 ਕਟੋਰੀਆਂ ਸਬਜ਼ੀ ਦੀਆਂ ਜ਼ਰੂਰ ਖਾਣੀਆਂ ਚਾਹੀਦੀਆਂ, ਠੀਕ ਹੈ। ਸੋ ਮੈਂ ਉਮੀਦ ਕਰਦਾ ਵੀ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਵੀਆਂ ਪਤਾ ਲੱਗੀਆਂ ਹੋਊਗੀਆਂ, ਉਹਨੂੰ ਫੋਲੋ ਕਰੀਏ। ਆਲੂਆਂ ਦਾ ਖਹਿੜਾ ਛੱਡੀਏ, ਆਲੂਆਂ ਤੋਂ ਬਗੈਰ ਸਾਡਾ ਕੰਮ ਬਹੁਤ ਵਧੀਆ ਸਰਦਾ ਆ, ਠੀਕ ਹੈ ਜੀ। ਸੋ ਆਪਣੀ ਸਿਹਤ ਦਾ ਖਿਆਲ ਰੱਖੋ। ਅਗਰ ਤੁਸੀਂ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਮੇਰੇ ਨਾਲ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਫੇਸਬੁੱਕ, ਇੰਸਟਾਗ੍ਰਾਮ ਦੇ ਉੱਪਰ ਮੈਨੂੰ ਟੈਕਸਟ ਕਰ ਸਕਦੇ ਜਾਂ ਇਸ ਵੀਡੀਓ ਦੇ ਨਾਲ ਕਮੈਂਟ ਕਰ ਸਕਦੇ ਆ, ਠੀਕ ਹੈ, ਜਾਂ ਮੈਨੂੰ ਤੁਸੀਂ ਡਾਇਰੈਕਟ ਮੈਸੇਜ ਕਰਕੇ ਪੁੱਛ ਸਕਦੇ। ਅਗਰ ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਤੇ ਤੁਸੀਂ ਮੈਨੂੰ ਫੋਲੋ ਨਹੀਂ ਕਰਦੇ ਤਾਂ ਜ਼ਰੂਰ ਕਰੋ। ਬਹੁਤ ਸਾਰਾ ਅੱਛਾ ਕੰਟੈਂਟ ਜਿਹੜਾ ਆ ਉਹ ਤੁਸੀਂ ਮਿਸ ਕਰ ਰਹੇ ਆ ਅਗਰ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਨਹੀਂ ਦੇਖ ਰਹੇ। ਤੁਸੀਂ ਆਪਣੀ ਸਿਹਤ ਦਾ ਰੱਖੋ ਖਿਆਲ, ਵੱਧ ਤੋਂ ਵੱਧ ਸਬਜ਼ੀਆਂ ਖਾਓ, ਠੀਕ ਹੈ, ਤੇ ਤੰਦਰੁਸਤ ਰਹੋ। ਆਪਾਂ ਮਿਲਾਂਗੇ ਅਗਲੀ ਵੀਡੀਓ 'ਚ। ਧੰਨਵਾਦ।